ਹੋਰ ਅਪਡੇਟਸ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ। Mr. Singh Productions presents Sahib Satguru Guru Granth Sahib Ji di Pavan Godda Nigmande Guru Khalsa Sat Sangat Jiyo Aao Sab To Pehla Satguru Ji di Bakhshish Kiti Hoi Fateh di Sanjh Paiye Koi Rasna Vanji Na Rahe Karo Kripa Deo Sis Wahe Guru Ji Ka Khalsa Wahe Guru Ji Ki Fateh ਭਾਈ ਸਾਹਿਬ ਜੀ ਕੀਰਤਨ ਕਰ ਰਹੇ ਸਨ ਅਖੀਰ 'ਤੇ ਉਹਨਾਂ ਨੇ ਸ਼ਬਦ ਪੜ੍ਹਿਆ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ। ਸਤਸੰਗ ਜੀ ਅਸਲ ਵਿੱਚ ਜੀਵਨ ਦਾ ਮਨੋਰਥ ਜੋ ਆਪਾਂ ਗੁਰੂ ਦੇ ਦੁਆਰੇ ਆ ਕੇ ਸਿੱਖਣਾ ਹੁੰਦਾ ਹੈ ਉਹ ਉਹਨਾਂ ਨੇ ਉਸ ਸ਼ਬਦ ਦੇ ਵਿੱਚ ਸਾਨੂੰ ਦ੍ਰਿੜ ਕਰਾਇਆ ਹੈ ਕਿਉਂਕਿ ਆਪਾਂ ਵੇਖਦੇ ਹਾਂ ਜੇ ਕਿਤੇ ਹਵਾ ਕਿਸੇ ਮਰਿਆਦਾ ਨੂੰ ਤੋੜ ਕੇ ਬਾਹਰ ਚੱਲਦੀ ਹੈ ਤਾਂ ਉਹ ਸਭ ਕੁਝ ਤੈਸ਼ ਨੈਸ ਕਰ ਦਿੰਦੀ ਹੈ ਅਤੇ ਉਹੀ ਹਵਾ ਸਾਡੇ ਜੀਵਨ ਦਾ ਆਧਾਰ ਹੈ। ਜੇ ਉਹ ਆਪਣਾ ਕੰਮ ਕਰਨਾ ਰੋਕ ਦੇਵੇ ਤਾਂ ਸਾਡਾ ਜੀਵਨ ਜਿਹੜਾ ਹੈ ਉਹ ਰੁਕ ਜਾਂਦਾ ਹੈ, ਜ਼ਿੰਦਗੀ ਖਤਮ ਹੋ ਜਾਂਦੀ ਹੈ। ਪਾਣੀ ਸਾਡਾ ਆਧਾਰ ਹੈ, ਜਦੋਂ ਮਰਿਆਦਾ ਦੇ ਵਿੱਚ ਚੱਲਦਾ ਹੈ ਉਹ ਸਾਡੇ ਲਈ ਸੁਖਦਾਇਕ ਹੈ, ਪਰ ਜਦੋਂ ਕਿਤੇ ਉਹ ਮਰਿਆਦਾ ਨੂੰ ਉਲੰਘ ਦਿੰਦਾ ਹੈ ਤਾਂ ਫਿਰ ਸਭ ਕੁਝ ਰੋੜ ਕੇ ਲੈ ਜਾਂਦਾ ਹੈ। ਅੱਗ ਹੈ, ਜੇ ਉਹ ਮਰਿਆਦਾ ਦੇ ਅੰਦਰ ਰਹਿੰਦੀ ਹੈ ਤਾਂ ਸਾਡੇ ਲਈ ਸੁਖਦਾਇਕ ਹੈ, ਪਰ ਜਦੋਂ ਕਿਤੇ ਮਰਿਆਦਾ ਉਲੰਘ ਕੇ ਉਹ ਆਪਣਾ ਰੂਪ ਦਿਖਾਉਂਦੀ ਹੈ ਤਾਂ ਸਭ ਕੁਝ ਸਾੜ ਕੇ ਸੁਆਹ ਕਰ ਦਿੰਦੀ ਹੈ। ਇਸੇ ਤਰ੍ਹਾਂ ਸਾਡਾ ਮਨੁੱਖਾ ਜੀਵਨ ਹੈ, ਜੇ ਕਿਸੇ ਮਰਿਆਦਾ ਦੇ ਵਿੱਚ ਚੱਲਦਾ ਹੈ ਫਿਰ ਸੁਖਦਾਈ ਆ, ਉਹ ਆਪਣੇ ਆਪ ਲਈ ਵੀ, ਆਪਣੇ ਪਰਿਵਾਰ ਲਈ ਵੀ, ਸਮਾਜ ਲਈ ਵੀ, ਕੌਮ ਲਈ ਵੀ, ਦੇਸ਼ ਲਈ ਸੁਖਦਾਈ ਹੋਏਗਾ। ਪਰ ਜਦੋਂ ਉਹ ਮਰਿਆਦਾ ਨੂੰ ਉਲੰਘ ਕੇ ਆਪਣਾ ਜੀਵਨ ਬਤੀਤ ਕਰਦਾ ਹੈ ਉਹਦੇ ਨਾਲ ਉਹ ਆਪਣੇ ਆਪ ਵੀ ਦੁਖੀ ਹੁੰਦਾ ਹੈ, ਪਰਿਵਾਰ ਵੀ ਦੁਖੀ ਹੁੰਦਾ ਹੈ, ਸਮਾਜ ਵੀ ਦੁਖੀ ਹੁੰਦਾ ਹੈ, ਕੌਮ ਵੀ ਦੁਖੀ ਹੁੰਦੀ ਹੈ, ਜਿਵੇਂ ਕਿ ਆਪਾਂ ਵੇਖ ਰਹੇ ਹਾਂ। ਸੋ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਪਾਵਨ ਅਸਥਾਨ 'ਤੇ ਅਸਲ ਵਿੱਚ ਜੀਵ ਨੂੰ ਦ੍ਰਿੜ ਹੀ ਕਰਾਇਆ ਕਿ ਜੇ ਤੂੰ ਮਰਿਆਦਾ ਦੇ ਵਿੱਚ ਰਹੇਗਾ ਤਾਂ ਮੈਂ ਤੈਨੂੰ ਆਪਣਾ ਸਭ ਕੁਝ ਦੇਵਾਂਗਾ, ਪਰ ਜਦੋਂ ਕਿਤੇ ਤੂੰ ਮਰਿਆਦਾ ਤੋਂ ਵੱਖ ਹੋਏਗਾ ਮਤ ਜਾਣੀ ਮੇਰਾ ਸਰੀਰ ਦੇ ਨਾਲ ਕੋਈ ਵਾਸਤਾ ਨਹੀਂ, ਮੈਂ ਤੈਨੂੰ ਕੋਈ ਪਿਆਰ ਨਹੀਂ ਕਰਾਂਗਾ, ਮੈਂ ਤੇਰੀ ਕੋਈ ਪ੍ਰਤੀਤ ਨਹੀਂ ਕਰਾਂਗਾ। ਕਿਉਂਕਿ ਪਾਤਸ਼ਾਹ ਜੀ ਦਾ ਪਾਵਨ ਹੁਕਮ ਹੈ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਾਬੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋਂ ਇਨ ਕੀ ਪ੍ਰਤੀਤ। ਭਰਮ ਭੇਖਤੇ ਰਹਿ ਨਿਆਰਾ ਸੋ ਖਾਲਸ ਸਤਿਗੁਰੂ ਹਮਾਰਾ। ਇਸ ਸੰਸਾਰ 'ਤੇ ਜਿੰਨੇ ਪੀਰ ਰਿਸ਼ੀ ਮੁਨੀ ਪੈਗੰਬਰ ਔਲੀਏ ਆਏ ਉਹ ਆਪਣਾ ਮਰਤਬਾ ਆਪ ਹੀ ਰਹੇ, ਪਰ ਸਿੱਖ ਨੂੰ ਸਿਰਫ ਸੇਵਕ ਦੇ ਰੂਪ ਵਿੱਚ ਹੀ ਉਸਨੇ ਸਵੀਕਾਰ ਕੀਤਾ। ਪਰ ਅਸੀਂ ਉਹ ਸਤਿਗੁਰੂ ਦੇ ਦੇਣਦਾਰ ਹਾਂ, ਕਰਜ਼ਦਾਰ ਹਾਂ, ਜਿਨ੍ਹਾਂ ਨੇ ਇੱਥੇ ਆਖਿਆ ਨਹੀਂ ਇਸ ਗੱਲ ਨੂੰ ਸਿੱਧ ਕਰ ਵਿਖਾਇਆ, ਹੋ ਰਿਹਾ ਗੰਗ ਵਹਾਈ ਹੈ ਦੁਨਿਆਈ ਆਖੈ ਕਿ ਕਿਉਂ। ਦੁਨੀਆ ਇਸ ਗੱਲ ਤੋਂ ਹੈਰਾਨ ਹੋ ਗਈ ਕਿ ਅੱਜ ਗੁਰੂ ਨੇ ਚੇਲੇ ਦੇ ਸਿਰ 'ਤੇ ਅਸੀਸ 'ਤੇ ਜੋ ਆਪਣਾ ਸੀਸ ਨਿਵਾ ਦਿੱਤਾ ਹੈ।
ਸੋ ਆਪਾਂ ਉਸ ਮਹਾਨ ਗੁਰੂ ਦੇ ਦਰ ਤੇ ਆਏ ਹਾਂ ਜੋ ਸਤਿਗੁਰ ਨੇ ਸਾਨੂੰ ਉਹ ਮਰਿਆਦਾ ਦ੍ਰਿੜ ਕਰਾਈ ਸੀ, ਜੋ ਸਾਨੂੰ ਪੰਜਾਂ ਪਿਆਰਿਆਂ ਦੇ ਰੂਪ ਦੇ ਵਿੱਚ ਪੰਜ ਗੁਣ ਬਖਸ਼ਿਸ਼ ਕੀਤੇ ਸਨ, ਕਿਉਂਕਿ ਇਹ ਸਰੀਰ ਦੀ ਗੱਲ ਨਹੀਂ, ਭਾਵੇਂ ਕਿ ਉਹ ਸਰੀਰਕ ਰੂਪ ਦੇ ਵਿੱਚ ਸਾਡੇ ਸਾਹਮਣੇ ਪੇਸ਼ ਕੀਤੇ ਸੰਗਤ ਦੇ ਸਾਹਮਣੇ, ਪਰ ਅਸਲ ਵਿੱਚ ਉਹ ਦੈਵੀ ਗੁਣ ਸਨ ਜਿਹੜੇ ਕਿ ਸਿੱਖ ਦੇ ਅੰਦਰ ਸਤਿਗੁਰੂ ਵਸਾਉਣਾ ਚਾਹੁੰਦੇ ਸਨ। ਅੱਜ ਆਪਣਾ ਆਪਣੇ ਅੰਦਰ ਝਾਤ ਮਾਰਨੀ ਆ ਕਿ ਸਾਡੇ ਅੰਦਰ ਉਹ ਗੁਣ ਹਨ, ਦਇਆ ਹੈ, ਧਰਮ ਹੈ, ਹਿੰਮਤ ਹੈ, ਸੂਰਬਤਾਈ ਹੈ, ਮੁੱਖਮਤਾਈ ਜਿਸ ਨੂੰ ਆਪਾਂ ਕਹਿੰਦੇ ਹਾਂ, ਅਤੇ ਫਿਰ ਜੇ ਇਹ ਸਭ ਕੁਝ ਹੈ ਫਿਰ ਆਪਣੇ ਆਪ ਇਸ ਸਿੱਖ ਦੇ ਅੰਦਰ ਜਿਹੜੀ ਸਾਹਿਬੀ ਉਹ ਵੀ ਆ ਜਾਏਗੀ। ਸੋ ਮੈਂ ਬਹੁਤਾ ਕੁਝ ਨਹੀਂ ਕਹਿਣਾ, ਮੈਂ ਤਾਂ ਇੱਕੋ ਬੇਨਤੀ ਕਰਨੀ ਆ ਕਿ ਆਪਾਂ ਇਸ ਦਰ 'ਤੇ ਆਏ ਹਾਂ, ਸਤਿਗੁਰ ਦੇ ਚਰਨਾਂ 'ਚ ਬੇਨਤੀ ਕਰੀਏ, ਪਾਤਸ਼ਾਹ ਜੇ ਭੁੱਲੀ ਜੇ ਚੁੱਕੀ ਸਾਈਂ, ਪੀਤ ਹਿੰਜੀ ਕਾਂਢੀ ਆ ਜਿਨ੍ਹਾਂ ਨੇ ਦੁਜਾਣੇ ਲੱਗਾ, ਝੂਰ ਮਰੋਂ ਸੇ ਵਾਂਢੀ ਆ ਹੋ ਨਾ ਛੋਡਾਂ, ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹ ਮਹਿੰਜਾ ਆਸਰਾ, ਪਾਤਸ਼ਾਹ ਰਹਿਮਤ ਕਰੀ। ਕਿਸੇ ਹੋਰ ਦੇ ਦਰ 'ਤੇ ਜਾਣ ਤੋਂ ਪਹਿਲਾਂ ਇਸ ਸਰੀਰ ਦੇ ਵਿੱਚੋਂ ਜਿਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ ਦੇਈਂ, ਫਰੀਦਾ ਬਾਹਰ ਪਰਾਇਆ ਬੈਸਣਾ ਸਾਈਂ ਮੁੱਝੇ ਨਾ ਦੇ, ਜੇ ਤੂੰ ਇਵੇਂ ਰੱਖ ਸੀ ਜੀਓ ਸ੍ਰੀ ਰੋਲੇ, ਇੰਨੇ ਕੁ ਬਚਨ ਕਹਿੰਦਾ ਹੋਇਆ ਦਾਸ ਖਿਮਾ ਦਾ ਜਾਜਕ ਹੈ, ਮੇਰੀਆਂ ਭੁੱਲਾਂ ਜਾਣ ਕੇ ਮੇਰੀ ਝੋਲੀ 'ਚ ਪਾ ਦੇਣੀਆਂ, ਗੁਰ ਕੇ ਬਚਨਾਂ ਨੂੰ ਹਿਰਦਾਂ 'ਚ ਥਾਂ ਦੇਣਾ, ਆਓ ਸਤਿਗੁਰ ਦੀ ਉਹ ਦਾਤ ਜੋ ਅਤ ਜ਼ਰੂਰੀ ਹੈ, ਉਮਰ ਦੀ ਦਾਤ ਪੰਜਾਂ ਪਿਆਰਿਆਂ ਤੋਂ ਸਤਿਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਹਜ਼ੂਰੀ ਅੰਦਰ ਪ੍ਰਾਪਤ ਕਰਕੇ ਉਹਨਾਂ ਦੁਆਰਾ ਦਰਸਾਈ ਹੋਈ ਮਰਿਆਦਾ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਜੇ ਆਪਾਂ ਆਪਣਾ ਜੀਵਨ ਬਸਰ ਕਰਾਂਗੇ, ਸਤਿਗੁਰੂ ਨੇ ਲਿਖ ਕੇ ਗਰੰਟੀ ਦਿੱਤੀ ਹੈ, ਇਹ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ, ਕਰੋ ਕਿਰਪਾ ਦਿਓ ਅਸੀਸ ਪਾਓ ਫਤਿਹ ਦੀ ਸਾਂਝ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।